ਦੋਸਤੋ, ਇੱਕ ਤੁਹਾਨੂੰ ਬੜੀ ਹੀ ਇੰਟਰਸਟਿੰਗ ਗੱਲ ਦੱਸਣ ਜਾ ਰਿਹਾ। ਇੱਕ ਮੇਰੇ ਕੋਲ ਪੇਸ਼ੈਂਟ ਆਇਆ, ਉਹ ਡਿਪਰੈਸ਼ਨ ਸੀ ਪੇਸ਼ੈਂਟ ਨੂੰ, ਫਾਦਰ ਮਦਰ ਦੋਨੇ ਸੀ ਉਹਦੇ ਬੱਚੇ ਦੇ, ਮਤਲਬ ਮਦਰ ਨੇ ਮੈਡੀਸਨ ਲੈਣੀ ਸੀ। ਇਸ ਤਰ੍ਹਾਂ ਗੱਲ ਚੱਲ ਗਈ, ਮਤਲਬ ਸਾਰਾ ਪੁੱਛਿਆ ਮੈਂ ਹਿਸਟਰੀ ਵੀ ਹੋਇਆ ਕੀ ਆ ਕਿਸ ਤਰ੍ਹਾਂ। ਕਹਿੰਦੇ ਵੀ ਸਾਡੇ ਬੇਟੇ ਦੀ ਡੈਥ ਹੋ ਗਈ ਸੀਗੀ 25 ਸਾਲ ਪਹਿਲਾਂ, ਉਹਦੇ ਕਰਕੇ ਉਹ ਡਿਪਰੈਸ਼ਨ ਸੀਗੀ ਉਹਦੀ ਮਦਰ ਬਹੁਤ ਜ਼ਿਆਦਾ, ਪਰ ਕਹਿੰਦੇ ਸਾਡਾ ਬੱਚਾ ਵਾਪਸ ਆ ਗਿਆ। ਮੈਂ ਕਿਹਾ ਉਹ ਕਿਵੇਂ ਵਾਪਸ ਕਿੱਦਾਂ ਆ ਗਿਆ? ਕਹਿੰਦੇ ਵੀ ਦੁਬਾਰਾ ਉਹਦਾ ਜਨਮ ਹੋਇਆ ਉਸੇ ਘਰ 'ਚ ਹੋਇਆ, ਮਤਲਬ ਸਾਰਾ ਕੁਛ ਉਹ ਦੱਸ ਰਿਹਾ ਬੱਚਾ ਪਹਿਲਾਂ ਵਾਲੀ ਆਪਣੀ ਸਾਰੀ ਲਾਈਫ ਦੇ ਬਾਰੇ। ਮਤਲਬ ਪਹਿਲਾਂ ਮੈਂ ਜਿਵੇਂ ਜਿੱਥੇ ਜਿੱਥੇ ਉਹ ਸਾਰਾ ਜਾਣਦਾ ਸੀ ਆਲੇ ਦੁਆਲੇ ਗੁਆਂਢੀਆਂ ਨੂੰ ਰਿਸ਼ਤੇਦਾਰਾਂ ਨੂੰ ਸਾਰਿਆਂ ਦੇ ਉਹ ਮਤਲਬ ਨਾਂ ਦੱਸ ਰਿਹਾ ਬੱਚਾ। ਅਤੇ ਪਹਿਲਾਂ ਤੁਸੀਂ ਕਦੇ ਇਸ ਤਰ੍ਹਾਂ ਦਾ ਕੇਸ ਦੇਖਿਆ? ਮਤਲਬ ਆਪਾਂ ਵੀਡੀਓ ਤਾਂ ਬਹੁਤ ਦੇਖੀਆਂ ਨੇ ਵੀ ਇਸ ਤਰ੍ਹਾਂ ਹੋਇਆ, ਕੋਈ ਯਕੀਨ ਕਰ ਲੈਂਦਾ ਕੋਈ ਨਹੀਂ ਕਰਦਾ ਇਹਨਾਂ ਗੱਲਾਂ 'ਤੇ। ਇਹ ਮਤਲਬ ਪੁਨਰ ਜਨਮ ਕਹਿੰਦੇ ਨੇ, ਮਤਲਬ ਇਹਨੂੰ ਕੋਈ ਮੰਨਦਾ ਇਹਦੇ ਬਾਰੇ, ਕੋਈ ਕਹਿੰਦਾ ਇਹ ਵਿਸ਼ਵਾਸ ਨਹੀਂ ਕਰ ਰਹੇ ਕਈ ਲੋਕ, ਪਰ ਮੈਂ ਮਤਲਬ ਲਾਈਵ ਦੇਖਿਆ ਇਹ, ਮਤਲਬ ਅੱਜ ਇੱਕ ਕੇਸ ਉਹ ਕਹਿ ਰਹੇ ਨੇ ਸਾਡਾ ਬੱਚਾ ਜਦੋਂ 2.5 ਮਹੀਨੇ ਦਾ ਸੀ, ਕਹਿੰਦੇ ਉਹਨੇ ਮੰਮਾ ਕਹਿ ਕੇ ਆਵਾਜ਼ ਮਾਰੀ। ਇਸ ਤਰ੍ਹਾਂ ਹੀ ਉਹਦੇ ਜਿਹੜਾ ਦਾਦਾ ਸੀ ਉਹਨੂੰ ਬਾਪੂ ਜੀ ਕਹਿੰਦਾ ਸੀ ਉਹ ਬੱਚਾ, ਕਹਿੰਦੇ ਉਹ ਜਦੋਂ 8 ਮਹੀਨੇ ਦਾ ਸੀ ਉਹਨੇ ਬਾਪੂ ਜੀ ਕਹਿ ਕੇ ਆਵਾਜ਼ ਮਾਰੀ, ਹਾਲਾਂਕਿ ਬੱਚਾ ਸਾਲ ਦਾ ਬੋਲਣ ਲੱਗਦਾ 10-11 ਮਹੀਨੇ ਦਾ। ਮਤਲਬ ਇਹ ਪਹਿਲਾਂ ਦੋ ਗੱਲਾਂ ਉਹਨਾਂ ਨੇ ਹੋਈਆਂ ਉਹਨਾਂ ਦੇ ਨਾਲ, ਫਿਰ ਬਾਅਦ ਵਿੱਚ ਥੋੜ੍ਹਾ ਜਿਹਾ ਤੋਂ ਵੱਡਾ ਹੋਇਆ ਉਹ ਸਾਰੇ ਮਤਲਬ ਗੁਆਂਢੀਆਂ ਦੇ ਨਾਮ ਹੋਰ ਰਿਸ਼ਤੇਦਾਰਾਂ ਬਾਰੇ ਸਾਰਾ ਕੁਛ ਮਤਲਬ ਜਾਣਦਾ ਸੀ ਪਹਿਲਾਂ ਹੀ ਉਹਨਾਂ ਦੇ ਨਾਮ। ਮੈਂ ਇੱਥੇ ਖੇਡਦਾ ਹੁੰਦਾ ਸੀ, ਆਏ ਸੀ ਮੇਰੇ, ਆਹ ਮੇਰੀਆਂ ਭਾਬੀਆਂ ਸੀ, ਮੈਂ ਇਹਨਾਂ ਨੂੰ ਇਸ ਤਰ੍ਹਾਂ ਆਏ, ਮੈਨੂੰ ਇਹ ਮੈਨੂੰ ਛੇੜਦੇ ਸੀ, ਸਾਰਾ ਕੁਛ ਮਤਲਬ ਬਿਆਨ ਕਰ ਰਿਹਾ ਸੀ। ਇੱਕ ਹੋਰ ਬੜੀ ਇੰਟਰਸਟਿੰਗ ਗੱਲ ਦੱਸੀ ਉਹਨਾਂ ਨੇ, ਕਹਿੰਦੇ ਇਹ ਸਕੂਲ ਲਾਉਣ ਤੋਂ ਪਹਿਲਾਂ ਹੀ ਇਹਨੂੰ ਸਾਰੀ ABC ਆਉਂਦੀ ਸੀ, ਕਹਿੰਦੇ ਹਾਲਾਂਕਿ ਉਹ ਕਦੇ ਪਹਿਲਾਂ ਸਿੱਖੀ ਨਹੀਂ ਸੀ, ਗਿਣਤੀ ਉਹਨੂੰ ਆਉਂਦੀ ਸੀਗੀ 10 ਤੱਕ ਸ਼ਾਇਦ ਉਹਨਾਂ ਨੇ ਦੱਸਿਆ ਸੀ, 10 ਤੋਂ 20 ਤੱਕ ਕਹਿੰਦੇ ਇਹਨੂੰ ਜਵਾਨੀ ਆਉਂਦੀ ਸੀ ਪਹਿਲਾਂ ਹੀ ਸਿੱਖਣ ਤੋਂ ਪਹਿਲਾਂ ਹੀ। ਹੈ ਬੜਾ ਇੰਟਰਸਟਿੰਗ, ਮਤਲਬ ਕੁਦਰਤ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੇ ਫਿਨੋਮੇਨੇ ਵਾਪਰਦੇ ਨੇ। ਤੁਹਾਡੇ ਕੀ ਵਿਚਾਰ ਨੇ? ਤੁਸੀਂ ਮਤਲਬ ਕਦੇ ਇਸ ਬਾਰੇ ਸੁਣਿਆ ਤਾਂ ਦੱਸੋ, ਕਮੈਂਟ ਕਰਕੇ ਜ਼ਰੂਰ ਦੱਸੋ।